ਏ ਵੀ ਉਹਨਾਂ ਤੋਂ ਹੀ ਪੀੜਤ ਨੇ ਕੋਈ ਨਹੀਂ ਕੋਈ ਬਜਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਾਰਿਆਂ ਨੂੰ ਨੌਕਰੀ ਮਿਲੂਗੀ ਸਾਰਿਆਂ ਨੂੰ ਸਾਰਿਆਂ ਨੂੰ ਨੌਕਰੀ ਮਿਲੂਗੀ ਥੋੜੇ ਚੁ ਹੀ ਮਿਲੂਗੀ ਇਹ ਵੀ ਸਹੀ ਨੇ ਦੁੱਧ ਦਾ ਫੁਕਿਆ ਲੱਸੀ ਨੂੰ ਫੁਕਾ ਮਾਰਦਾ ਇਹਨਾਂ ਨੂੰ ਐ ਲੱਗਦਾ ਜਿਵੇਂ ਲੁੱਕੇ ਜੇ ਬਹਿ ਜਾਗੇ ਪਹਿਲਾਂ ਬਾਦਲ ਉਹਨਾਂ ਦੇ ਖਿਲਾਫ ਕਰ ਲੈਂਦੇ ਸੀ ਉਹ ਤੁਹਾਨੂੰ ਹੀ ਨੌਕਰੀਆਂ ਮਿਲਣਗੀਆਂ ਖੜਤਾ ਜਾਓ ਟਾਈਮ ਤਾਂ ਦੇ ਦੋ ਜਿਹੜੇ ਉਹਨਾਂ ਦੇ ਕੰਡੇ ਬੀਜੇ ਉਹ ਨੇ ਉਹੀ ਚੁਗ ਰਹੇ ਆਂ ਸੀ ਸੋ ਮੇਰੇ ਵੀਰੋ ਹੁਣ ਤੱਕ 25000 25886 ਨੌਕਰੀਆਂ ਦੇ ਚੁੱਕਿਆ ਉਹ ਕੌਣ ਨੇ ਜੀ ਉਹ ਮੇਰੇ ਕੋਈ ਰਿਸ਼ਤੇਦਾਰ ਨਹੀਂ ਹੈਗੇ ਉਹ 25886 ਮੇਰੇ ਕੋਈ ਰਿਸ਼ਤੇਦਾਰ ਨਹੀਂ ਜਾਂ ਮੇਰੇ ਰਿਸ਼ਤੇਦਾਰਾਂ ਦੇ ਗਾਹਾਂ ਭਾਣ ਜੇ ਭਤੀਜੇ ਨਹੀਂ ਉਹ ਤੁਹਾਡੇ ਚੋਂ ਹੀ ਨੇ ਉਹ ਤੁਹਾਡੇ ਚੋਂ ਹੀ ਨੇ ਸੋ ਇਸ ਕਰਕੇ ਮੈਂ ਕਹਿਣਾ ਕਿ ਜਿਹੜੇ ਵੀ ਕੋਈ ਟੈਂਕੀਆਂ ਤੇ ਚੜੇ ਬੈਠਿਆ ਹੈ ਕੋਈ ਧਰਨੇ ਦੇ ਰਿਹਾ ਸ਼ਾਂਤੀਪੂਰਵਕ ਉਹਨਾਂ ਦਾ ਹੱਕ ਹੈ ਡੈਮੋਕਰੈਟਿਕ ਰਾਈਟ ਹੈ ਮੈਂ ਉਹਨਾਂ ਨੂੰ ਕਹਿਣਾ ਕਿ ਆਪਣੇ ਘਰੇ ਜਾਓ ਸਰਕਾਰ ਤੁਹਾਡੀ ਆਪਣੀ ਹੈ ਸਰਕਾਰ ਤੁਹਾਡੇ ਲੀਗਲ ਰਸਤੇ ਕਲੀਅਰ ਕਰੂਗੀ ਜੇ ਮੈਂ ਨੌਕਰੀਆਂ ਦੇਣ ਮੈਂ ਅੱਜ ਦੇ ਦਿਆਂ ਨਾ ਤੁਹਾਨੂੰ ਫਿਰ ਮੁੜ ਕੇ ਕੱਲ ਨੂੰ ਇਹ ਨਾ ਕਹੋ ਜੀ ਸਾਣ ਤਾਂ ਕੋਰਟ ਚ ਪੰਗਾ ਪੈ ਗਿਆ ਪਹਿਲਾਂ ਸਰਕਾਰ ਕੋਰਟ ਦੇ ਵਿੱਚੋਂ ਕਲੀਅਰ ਕਰਾ ਰਹੀ ਹੈ ਉਸ ਤੋਂ ਬਾਅਦ ਫੈਸਲੇ ਲਏ ਜਾ ਰਹੇ ਨੇ ਜਿਵੇਂ ਉਹ ਜੀਰੇ ਵਾਲੀ ਫੈਕਟਰੀ ਵਾਲਾ ਸੀ ਜਦੋਂ ਸਾਡੇ ਹੱਥ ਚ ਕਾਗਜ਼ ਆ ਗਿਆ ਅਸੀਂ ਬੰਦ ਕਰਤੀ ਫੈਕਟਰੀ ਅਸੀਂ ਕੀ ਲੈਣਾ ਸਾਡੀ ਭੂਆ ਦਾ ਮੁੰਡਾ ਉਹ ਅਸੀਂ ਕੀ ਲੈਣਾ ਜਿਹੜਾ ਪੰਜਾਬ ਦੇ ਪਾਣੀ ਨੂੰ ਖਰਾਬ ਕਰੂਗਾ ਪਰ ਸਾਡੇ ਕੋਲੇ ਲੀਗਲੀ ਸਰਕਾਰ ਕੋਲੇ ਡਾਕੂਮੈਂਟ ਚਾਹੀਦੇ ਨਹੀਂ ਤਾਂ ਹਾਈ ਕੋਰਟ ਜਾਵਾਂਗਾ ਸੁਪਰੀਮ ਕੋਰਟ ਜਾਵਾਂਗਾ ਫਿਰ ਚੱਲ ਭੂ ਫਾਇਦਾ ਕੀ ਹੈ ਫਿਰ ਆਪਾਂ ਨੂੰ ਕਹਿਣਗੇ ਇਹ ਤਾਂ ਜੀ ਤਤਪਟਪਟ ਫੈਸਲਾ ਲੈਂਦੇ ਨੇ ਪੜਦੇ ਨਹੀਂ ਇਹ ਕਾਗਜ਼ੀ ਕਾਰਵਾਈ ਨਹੀਂ ਕਰਦੇ ਸੋ ਇਸ ਕਰਕੇ ਆਹ ਜਿਹੜਾ ਕੰਮ ਹੈ ਨਾ ਇਹ ਹੁਣ ਬੰਦ ਕਰ ਦਿਓ ਕਿਉਂਕਿ ਇੱਥੇ ਤੁਸੀਂ ਕਹਿ ਲਿਆ ਪੀਟੀਆਈ ਮੈਨੂੰ ਨਹੀਂ ਪਤਾ ਪੀਟੀਆਈ ਮੈਂ ਵੀ ਮੈਂ ਵੀ ਸਾਇੰਸ ਮਾਸਟਰ ਦਾ ਮੁੰਡਾ ਜਦੋਂ ਸਕੂਲ ਬਣਾ ਰਹੇ ਆ ਫਿਰ ਪੀਟੀਆਈ ਟੀਚਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਹੀ ਬਹੁਤ ਵਧੀਆ ਬਣਾ ਰਹੇ ਆ ਫਿਰ ਸਾਇੰਸ ਮਾਸਟਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਬਹੁਤ ਵਧੀਆ ਬਣਾ ਰਹੇ ਆਂ ਪਰ ਕੰਪਿਊਟਰ ਟੀਚਰ ਨਹੀਂ ਚਾਹੀਦੇ ਹੋਣਗੇ ਜਦੋਂ ਸਕੂਲ ਬਹੁਤ ਵਧੀਆ ਬਣਾ ਰਹੇ ਆਂ ਪਰ ਹੈਡਮਾਸਟਰ ਨਹੀਂ ਚਾਹੀਦੇ ਹੋਣਗੇ ਖੇਤੀਬਾੜੀ ਟੀਚਰ ਨਹੀਂ ਚਾਹੀਦੇ ਹੋਣਗੇ ਡੀਪੀਏ ਨਹੀਂ ਚਾਹੀਦੇ ਹੋਣਗੇ ਚਾਹੀਦੇ ਨੇ ਸਾਨੂੰ ਪਹਿਲਾਂ ਜਦੋਂ ਸਕੂਲ ਹੀ ਨਹੀਂ ਬਣ ਰਹੇ ਤਾਂ ਫਿਰ ਵਿਚਾਰੇ ਕੀ ਕਰਨ ਐਂ ਰੈਲੀਆਂ 'ਚ ਇਹਨਾਂ ਨੂੰ ਐ ਲੱਗਦਾ ਵੀ ਐਂ ਕਰਾ ਕੇ ਕੱਲ ਨੂੰ ਸਾਡੀ ਖਬਰ ਆ ਜੂ ਇੱਕ ਤੇ ਸਾਡਾ ਕੰਮ ਬਣ ਜੂ ਮੇਰੇ ਵੀਰੋ ਖਬਰਾਂ ਮੈਨੂੰ ਆਉਣ ਤੋਂ ਪਹਿਲਾਂ ਮੇਰੇ ਕੋਲੇ ਆ ਜਾਓ ਤੁਸੀਂ ਜਦੋਂ ਮੈਂ ਜਵਾਬ ਦਿੰਦਾ ਹੋਵਾਂ ਮੈਂ ਕਹਿਣਾ ਕਿ ਹਾਂਜੀ ਆ ਰੱਖੋ ਆ ਆ ਮੂਰੋਂ ਕੋਟ ਦਾ ਆਰਡਰ ਹੈ ਫਿਰ ਕਹਿੰਦੇ ਨੇ ਜਿਵੇਂ ਮਰਜੀ ਕਰੋ ਜੀ ਤੁਹਾਨੂੰ ਇੱਧਰਲੇ ਪਾਸੇ ਦੀ ਲੈ ਲਓ ਲੈ ਲਾਂਗੇ ਥੋੜਾ ਜਿਹਾ ਰਸਤਾ ਤਾਂ ਕਲੀਅਰ ਕਰ ਲੈਣ ਦਿਓ ਨਾ ਇਹ ਤਾਂ ਕਾਲੀ ਹੈ ਹੁਣ ਦੇਖੋ ਪੰਜ ਸੱਤ ਆਏ ਸੀਗੇ ਆਪਦਾ ਕੰਮ ਕਰਕੇ ਚਲੇ ਗਏ ਕੱਲ ਪਰਸੋਂ ਦੇ ਲੱਗੇ ਹੋਣੇ ਵੀ ਐਂ ਕਰਾਂਗੇ ਆਪਾਂ ਹੈਨਾ ਇਹ ਇਹ ਤਰੀਕਾ ਮੈਂ ਕਹਿਣਾ ਕਿ ਥੋੜਾ ਰਾਈਟ ਹੈ ਤੁਸੀਂ ਜ਼ਰੂਰ ਨਾਰੇ ਲਾਓ ਪਰ ਤਰੀਕੇ ਨਾਲ ਬਹਿ ਕੇ ਟੇਬਲ ਤੇ ਗੱਲ ਕਰੋ ਜਦ ਤਾ ਮੈਂ ਉਹ ਮੁੱਖ ਮੰਤਰੀ ਹੋਵਾਂ ਜਿਹੜਾ ਮਿਲਦਾ ਹੀ ਨਹੀਂ ਮੈਂ ਤਾਂ ਰੋਜ਼ ਲੋਕਾਂ ਨੂੰ ਮਿਲਦਾ ਅੱਜ ਪਟਿਆਲੇ ਜਾ ਕੇ ਆਏ ਪਟਿਆਲੇ ਤੋਂ ਤੁਹਾਡੇ ਕੋਲੇ ਆਇਆ ਜੇ ਮੈਂ ਜਿੰਨੀ ਵਾਰੀ ਉਹ ਇਤੋਂ ਪਹਿਲਾਂ ਵਾਲੇ 15 ਸਾਲ ਚ ਨਹੀਂ ਆਏ ਮੈਂ 5 ਮਹੀਨਿਆਂ ਚ ਲੋਕਾਂ ਕੋਲੇ 10 ਵਾਰੀ ਜਾਇਆ ਆਇਆ ਮੈਂ